ਅੱਜ ਦੀ ਵੀਡੀਓ ਦਾ ਬ੍ਰਾਂਡ ਹੀ ਹੈ ਖੂਬਸੂਰਤੀ ਵੇਖਣੀ ਹੈ ਹੁਸਨ ਚਾ ਕਰਨਾ ਆਓ ਜੀ ਸੁਬੇਦਾਰ ਸਾਹਿਬ ਜ਼ਰਾ ਮੈਦਾਨ ਚ ਰੈਡ ਫਰੀਜ਼ੀਅਨ ਬੱਚੀ ਡੱਬੀ ਆਓ ਮੈਦਾਨ ਚ ਜਦੋਂ ਦੀ ਵੀਡੀਓ ਬਣਾਉਣ ਲੱਗੇ ਹੋ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਜੁਮਾਤੁਲ ਮੁਬਾਰਕ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਸਿਆਲਕੋਟ ਦੇ ਨਾਮਵਰ ਨੌਜਵਾਨ ਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਨੇ ਰਿਕਾਰਡ ਕਾਇਮ ਕੀਤਾ ਮਿਹਨਤ ਕਰਕੇ ਦੋਸਤਾਂ ਵਾਸਤੇ ਇੱਕ ਦੋ ਤਿੰਨ ਚਾਰ ਪੰਜ ਨਹੀਂ ਬਲਕਿ 12 ਖੂਬਸੂਰਤ ਮੁਨਾਸਬ ਕੀਮਤ ਗਾਵਾਂ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਜੀ 2,45,000 ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਬਲਾਲ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਬਲਾਲ ਸਾਹਿਬ ਕੀ ਹਾਲ ਹੈ ਠੀਕ ਹੋ ਹਾਂਜੀ ਠੀਕ ਠਾਕ ਹੋਰ ਭਰਾ ਸਾਹਿਬ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਸਿਲਸਿਲਾਵਾਰ ਵੀਡੀਓ ਵਿੱਚ ਸ਼ੌਕ ਅੱਛਾ ਕਰਵਾਉਂਦੇ ਹੋ ਰੇਟ ਵੀ ਅੱਛੇ ਹੁੰਦੇ ਨੇ ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤੌਰ ਤੇ ਦੱਸ ਸਾਹਿਬ ਸੀਲ ਪਸਰੋੜ ਜ਼ਿਲ੍ਹਾ ਸਿਆਲਕੋਟ ਗੋਂ ਚੌਕ ਤੋੜਾ ਮੇਨ ਸਿਆਲਕੋਟ ਰੋਡ ਤੇ ਡੇਰਾ ਚੁੰਡੇ ਤੋਂ 3 ਕਿਲੋਮੀਟਰ ਦੇ ਭਾਗ ਵੱਲ 3 ਕਿਲੋਮੀਟਰ ਡੇਰਾ ਸਬਦਰ ਹਾਕ ਦੇ ਨਾਮ ਮਸ਼ਹੂਰ ਮਾਸ਼ਾਅੱਲਾ ਜੀ ਇਹ ਸਾਹਮਣੇ ਮੇਨ ਰੋਡ ਹੈ ਜੀ ਮੇਨ ਰੋਡ ਉੱਤੇ ਡੇਰਾ ਮੌਜੂਦ ਹੈ ਅਤੇ ਸੂਬੇਦਾਰ ਸਾਹਿਬ ਵੀ ਬੈਠੇ ਨੇ ਉਹਨਾਂ ਦਾ ਪੈਗਾਮ ਲੈਂਦੇ ਹਾਂ ਜਾਨਵਰ ਮਾਸ਼ਾਅੱਲਾ ਜੀ 12 ਨੇ ਅਤੇ ਅੱਜ 12 ਦੀਆਂ 12 ਹੀ ਗਾਵਾਂ ਨੇ ਮਾਸ਼ਾਅੱਲਾ ਜੀ ਮੱਝਾਂ ਦਾ ਜਿਹੜਾ ਸਿਲਸਿਲਾ ਹੈ ਖਤਮ ਹੋ ਗਿਆ ਅਤੇ ਸੂਬੇਦਾਰ ਸਾਹਿਬ ਫਿਰ ਗਾਵਾਂ 'ਤੇ ਆ ਗਏ ਨੇ ਮਾਸ਼ਾਅੱਲਾ ਜੀ ਜੀ ਅਸਲਾਮੁ ਅਲੈਕੁਮ ਜੀ ਸੂਬੇਦਾਰ ਸਾਹਿਬ ਕੀ ਹਾਲ ਹੈ ਠੀਕ ਹੋ ਬੜਾ ਸੋਹਣੇ ਮਾਲਕ ਦਾ ਬੜਾ ਕਰਮ ਮੇਰੀ ਤਰਫੋਂ ਤੁਹਾਡੀ ਤਰਫੋਂ ਇਹ ਮੇਰੇ ਬੱਚੇ ਪੁੱਤਰ ਆਏ ਨੇ ਅਲੀਪੁਰ ਚੱਠੇ ਤੋਂ ਆਏ ਜੀ ਅਲੀਪੁਰ ਚੱਠੇ ਤੋਂ ਆਏ ਨੇ ਇਹਨਾਂ ਹੀ ਤਰਫੋਂ ਆਪਣੇ ਬਰਖੁਦਾ ਹੀ ਤਰਫੋਂ ਮੇਰੇ ਪੱਠੇ ਪਾਉਣਾ ਸ਼ੇਰ ਉਹਨਾਂ ਦਾ ਸਭ ਤੋਂ ਸਲਾਮ ਮਾਲਕ ਜੀ ਵਾਲਕੁਮ ਸਲਾਮ ਭਰਾ ਸਾਹਿਬ ਨੇਕ ਦਿਨ ਦਾ ਕਾਰੋਬਾਰ ਕਰੋ ਤੇ ਮੇਰਾ ਸੋਹਣਾ ਮਾਲਕ ਵੀ ਸਾਥ ਦਿੰਦਾ ਤੇ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਮੇਰਾ ਕੋਈ ਮਹੀਨਾ ਕੁ ਮਹੀਆਂ ਦਾ ਕੀਤਾ ਤੇ ਜਿਹਦੇ ਵਿੱਚ ਮੌਜੂਦਾ ਮਿਸਾਲ ਦਿੱਤੀ ਹੈ ਬੱਚਿਆਂ ਨੇ ਇਹ ਬੱਚੇ ਹੀ ਦੱਸਣਗੇ ਤੁਹਾਨੂੰ ਕਿ ਮਹੀਆਂ ਲੱਖ ਲੱਖ ਸਵੱਲੀਆਂ ਨੇ ਕਿ ਨਹੀਂ ਸਵੱਲੀਆਂ ਤੇ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਭਰਾ ਸਾਹਿਬ ਗਾਈਆਂ ਵੀ ਲੱਖ ਲੱਖ ਸਵੱਲੀਆਂ ਹੋਣਗੀਆਂ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਤੇ ਗਾਈ ਇਹ ਨੀ ਕੋਈ ਕਹੇਗਾ ਨਾ ਗਾਈਆਂ ਲੱਭਦੀਆਂ ਨੀ ਗਾਈਆਂ ਇੰਜ ਹੋਣਗੀਆਂ ਜਿਵੇਂ ਉੱਥੋਂ ਕੁੰਡੇ ਬੰਨਾਂਗਾ ਤੇ ਉੱਥੋਂ ਤੱਕ ਗਾਈਆਂ ਹੀ ਗਾਈਆਂ ਨਜ਼ਰ ਆਉਣਗੀਆਂ ਇਹਨੂੰ ਚਾਚਾ ਸੂਬੇਦਾਰ ਆਉਂਦੇ ਤੇ ਦੁਨੀਆਂ ਦੀਵਾਨੀ ਹੈ ਤੇ ਜਿਹਦੀ ਦੁਨੀਆਂ ਦੀਵਾਨੀ ਹੈ ਉਹਨੂੰ ਇਹ ਨਹੀਂ ਗੱਲ ਚਾਹੀਦਾ ਠੀਕ ਹੈ ਜੀ ਹੁਣ ਮੈਨੂੰ ਲੱਭਦੀ ਕੋਈ ਗਾਵਾਂ ਇੰਜ ਹੋਣਗੀਆਂ ਉੱਥੋਂ ਸ਼ੁਰੂ ਕਰੇ ਉੱਥੋਂ ਤੱਕ ਗਾਈਆਂ ਕਰਦੇ ਆ ਗਏ ਮੇਰੇ ਸੋਹਣੇ ਮਾਲ ਦੇ ਕਰੋ ਮੈਨੂੰ ਆਰਡਰ ਕੀਤਾ ਡੱਬੀ ਨੇ ਡੱਬੀ ਨੇ ਕਿਹਾ ਚਾਚਾ ਸੁਣ ਸਾਡੇ ਵੀ ਗੱਲ ਜੇ ਅਸੀਂ ਪੱਠੇ ਭੈੜੇ ਪਾਉਂਦੇ ਦੁਕਾਨ ਤੇ ਗੱਲ ਕਰ ਗਾਈਆਂ ਹੀ ਗਾਈਆਂ ਹੋਣੀ ਚਾਹੀਦੀਆਂ ਨੇ ਜੇ ਸ਼ਾਹ ਵਾਲਾ ਆਰਡਰ ਹੀ ਮੱਝਾਂ ਲਾਓ ਖਤਮ ਹੋ ਗਿਆ ਪਤਾ ਗੱਲ ਕੀ ਉਹ ਵੇਖੋ ਨਾ ਸ਼ਾਹ ਵਾਲਾ ਆਰਡਰ ਬਿਲਕੁਲ ਤੁਸੀਂ ਹੱਕ ਦੀ ਗੱਲ ਕਰਦੇ ਹੋ ਮਈਆਂ ਗਜਾਇਆ ਵਜਾਇਆ ਅਗਲੀ ਵਾਰੀ ਸ਼ਾਹ ਵਾਲਾ ਕਿਆ ਨਾ ਫੂਰ ਕਰਕੇ
ਮੱਝਾਂ ਚਾਰ ਦੇ ਮੈਂ ਕਿਹੜੀ ਬੰਨ ਕੇ ਬਹਿ ਰਹਿਣੀਆਂ ਨੇ, ਮੇਰਾ ਤੇ ਕੰਮ ਦਿਆਦੀਆਂ ਦੋ ਇੱਕ ਦਿਨ ਚ ਦੋ ਦਿਨ ਚ ਵੇਚ ਕੇ ਅੱਗੇ ਥੋੜਾ ਥੋੜਾ ਨਫਾ ਪੁੱਤਰ ਦੁਨੀਆਂ ਏਦਾਂ ਦੇ ਮਿਸਾਲ ਦੇਣਾ। ਉਹ ਪੁੱਤਰ ਕੀ ਗੱਲ ਕੀਤੀ ਤੂੰ ਅੱਜ ਤਰ੍ਹਾਂ ਦੱਸੀ ਤੇ ਰੱਖ ਮੈਂ ਕਿੱਥੋਂ ਲੈਣਾ ਤੇ ਕੀ ਗੱਲ ਹੋਈ ਭਾਈ ਮੈਂ ਲੈਣ ਆਇਆ ਨਾ ਚੂਹ ਨਾ ਮਾਰੀ ਮੇਰੀ ਗੱਲ ਸੁਣ ਇੱਕ ਚਾਚੇ ਸੂਬੇਦਾਰ ਸਾਹਿਬ ਇੱਥੇ ਨਜ਼ਰ ਨੀ ਆਇਆ, ਅਸੀਂ ਨਾਲ ਵਾਲੇ ਡੇਰੇ ਤੇ ਟੁੱਟ ਗਿਆ ਉੱਥੋਂ ਮੱਝ ਵੱਡੇ ਨੇ ਚਾਚੂ ਹੋਰਾਂ ਤੋਂ ਤੇ ਉੱਥੋਂ ਮੱਝ ਪਸੰਦ ਕੀਤੀ ਏ ਤੇ ਮਾਸ਼ਾਲਾ ਉੱਥੋਂ ਇੱਕ ਮੱਝ ਲੈਣ ਆਇਆ ਤੇ ਇੱਕ ਹੀ ਮੱਝ ਲੈ ਲਈ ਏ ਤੇ ਬਾਅਦ ਵਿੱਚ ਇੱਥੇ ਇੱਕ ਮੱਝ ਬੱਜੀ ਸੀ ਤੇ ਉਹ ਚਾਚੂ ਕੁਦਰਤੀ ਉੱਥੋਂ ਦਿਸ ਪਏ ਨੇ। ਚਾਚੂ ਹੋਰਾਂ ਨੂੰ ਆ ਕੇ ਮਿਲਿਆ ਤੇ ਅਲਹਮਦੁਲਿਲਾ ਉਹ ਵੀ ਦੂਜੀ ਮੱਝ ਵੀ ਅਸਾਂ ਲੈ ਲਈ ਤੇ ਚਾਚੂ ਹੋਰਾਂ ਪੂਰਾ ਤਾਵਨ ਕੀਤਾ ਜਿਵੇਂ ਆਖਿਆ ਚਾਚੂ ਹੋਰਾਂ ਉਵੇਂ ਕੀਤਾ। ਬੜੀ ਮਿਹਰਬਾਨੀ, ਇੱਕ ਹੀ ਮੱਝ ਸੀ ਤੇ ਲੈ ਗਈ। ਚੈੱਕ ਕਰੋ ਕਿੰਨੀਆਂ ਲੈਣ ਆਇਆ ਸਾਂ। ਇੱਕ ਹੀ ਲੈਣ ਆਇਆ ਸਾਂ, ਇੱਕ ਹੀ ਮੱਝ ਭਾਅ ਕੋ ਲਈ ਏ। ਜਦੋਂ ਚਾਚੇ ਨੂੰ ਵੇਖਿਆ ਤੇ ਕਹਾ ਚਾਚੇ ਦੀ ਵੀ ਨਿਸ਼ਾਨੀ ਏ ਖੜੀ ਏ ਤੇ ਮੈਂ ਕਹਾ ਜਗਰੇ ਗੱਲ ਤੇ ਜਿੰਨਾ ਮੁੱਲ ਕਹੇਗਾ ਉਦੋਂ 100 ਰੁਪਈਆ ਵੀ ਨੀ ਵਧਾਉਣਾ, ਝੂਠ ਨੀ ਮਾਰਨਾ ਉਮਰ ਦੇ ਅਸੀਂ ਇੰਜੀ ਗੱਲ ਏ ਪੁੱਤਰ। ਇਹਨੇ ਜਿੰਨੇ ਕਹਿੰਦੇ ਕਿ 3 ਲੱਖ ਤੇ 65 ਦੀ ਖੜਨੀ ਏ ਫਰਾਜ਼ ਸਾਹਿਬ, ਤੁਹਾਡੀ ਹੋਈ ਅਜੇ ਪੁੱਤਰ ਥੋੜੀ ਕਰਦਾ ਪਿਆ ਗੱਲ, ਮੈਂ ਕਿਹਾ ਤੁਹਾਡੀ ਹੋਈ ਮੇਰੇ ਸੋਹਣੇ ਮਾਲ ਦੇ ਕਰਨ ਨਾਲ। ਤੇ ਇੱਧਰ ਵੇਖੋ ਅੱਜ ਗਾਵਾਂ ਨੇ ਜ਼ਿਆਦਾ, ਅੱਜ ਆਖਰ ਦੇ ਟਾਈਮ ਦਿਓਗੇ ਤੇ ਚੱਸ ਦੇ ਅੱਜ ਮੁੱਲ ਮਿਲਣਾ ਮੇਰੇ ਪੁੱਤਰਾ। ਹਾਂਜੀ ਜਿਹੜੀ ਚੱਸ ਮੰਡੀ ਦੀ ਤੀ ਦੋਸਤਾਂ ਨੂੰ ਮੱਠੀ ਜੋ ਵੀ ਹੋਈ ਹੈ ਥੋੜੇ ਪਿੱਛੇ ਹੋਣੇ ਆ ਮੱਠੀ ਕਿਹੜੀ ਤੁਸੀਂ ਟੀਮ ਦੇ ਨਾਲ ਆਈਆਂ ਵਾਲਾ ਵਜ਼ਾਰਾ ਕਿਹੜੀ ਜਿਹੜੀ ਚੱਸ ਹੋ ਜੀ ਇੱਧਰ ਆ ਮੇਰੇ ਪੁੱਤਰ ਮੇਰੇ ਨਾਲ ਇੱਧਰ ਆਓ ਫਿਰ ਓਏ ਮੇਰੇ ਪੁੱਤਰ ਜੇ ਮੇਰੇ ਦੀਵਾਨੇ ਤਾਂ ਇੱਧਰ ਆਓ ਅੱਗੇ ਆ ਉਰਾ ਤੂੰ ਵੀ ਤੇਰਾ ਪੱਟਾ ਇੱਧਰ ਆ ਪਸਿਆ ਇੱਧਰ ਆ ਚੱਸ ਤਾਂ ਸਾਂ ਇੰਜ ਨਹੀਂ ਦੇਣੀ ਵਨ ਵੀ ਇਹ ਗੁਣਾ ਟੂ ਵੀ ਇਹ ਕਰਨ ਜੀ ਠੀਕ ਹੈ ਵਨ ਵਨ ਉੱਪਰ ਉੱਪਰ ਥਲੇ ਮਾਰੋ ਟੋ ਵਨ ਟੋ ਵਨ ਟੋ ਵਨ ਟੋ ਵਨ ਟੋ ਵਨ ਔਰ ਜਾਈਏ ਚੱਸ ਤੁਰਦੇ ਫਿਰ ਆਓ ਹੀ ਨਾ ਉੱਥੇ ਤੁਸੀਂ ਜਾਮ ਹੀ ਹੋਗੇ। ਸੋਹਣਾ ਲੱਗ ਗਿਆ ਇਹ ਗੱਲ ਸੁਣ ਅੱਛਾ ਗੱਲ ਸੁਣੋ ਫਰਾਜ਼ ਮੈਨੂੰ ਇਹ ਗੱਲ ਦੱਸ ਇਹ ਮੈਨੂੰ ਅੱਜ ਤੋਂ 30-40 ਸਾਲ ਪਹਿਲਾਂ ਟੇੜੇ ਕੀਤੀ ਹੁਣ ਏਡੀ ਲੰਬੀ ਤੇਰਾ ਖੜਾ ਚਲੋ ਸ਼ੋਅ ਕਰਵਾ ਲਈਏ ਫਿਰ ਖੜਾ ਕਰ ਲਈਏ ਮੇਰੀ ਇੱਕ ਗੱਲ ਸੁਣਨਾ ਉਹ ਰਾਹ ਪੁੱਤਰ ਏ ਹਾਂਜੀ ਮੇਰੀ ਇੱਕ ਗੱਲ ਸੁਣਨਾ ਪੈਸਾ 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 ਨਹੀਂ ਬੜਾ ਕਮਾਇਆ ਤਾਂ ਜੇ ਅੱਜ ਗਾਈਆਂ ਦੀ ਚੱਸ ਦੇ ਤੇ ਤੂੰ ਅੱਬੇ ਦਾ ਤਾਬਿਆਦਾਰ ਬਣਾ ਤੂੰ ਅੱਬੇ ਦਾ ਤਾਬਿਆਦਾਰ ਕੋਨੀ ਬੇਇੱਜ਼ਤੀ ਵਾਲੀ ਦੁਨੀਆ ਕੀ ਆਖਿਆ ਨੇ ਗਾਂ ਲੈਣੇ ਤੁਸੀਂ ਸੂਬੇਦਾਰ ਸਾਹਿਬ ਨਾਰਾ ਲਾਓ ਚੱਸ ਚੱਸ ਇੱਜ਼ਤ 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 ਪੈਸਾ ਆਊਟ ਹਾਂਜੀ ਹਾਂ ਜੇ ਤੂੰ ਮੇਰੀ ਇੱਕ ਗੱਲ ਸੁਣ ਲਓ ਜੇ ਗਾਵਾਂ ਦੇ ਮੁੱਲ ਚੰਗੇ ਹੋਏ ਤਾਂ ਤੂੰ ਆਖਣਾ ਚੱਸ ਨਹੀਂ ਤੇ ਤੂੰ ਆਖਣਾ ਪੈਸਾ 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 ਤੁਸਾਂ ਕਹਿਣਾ ਵੇ ਤੈਯਬ ਸਾਹਿਬ ਜੇ ਗਾਈਆਂ ਦੇ ਮੁੱਲਾਂ ਦੀ ਚੱਸ ਆਈ ਤੇ ਤੁਸਾਂ ਕਹਿਣਾ ਚੱਸ ਜੇ ਨਾ ਆਈ ਤੇ ਤੂੰ ਆਖਣਾ ਪੈਸਾ 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 ਤੇ ਮੇਰੇ ਭਰਾ ਮੇਰੇ ਕੋਲ ਉੱਕਾ ਗਾਂ ਨਾ ਲੈਣ ਜੀ ਬਿਹਤਰ ਹੋ ਗਿਆ ਕਰਵਾਈਏ ਸ਼ੋਕ ਇਸ ਗੱਲ ਦਾ ਹੀ ਫੈਸਲਾ ਤੇ ਠੀਕ ਹੈ ਪੁੱਤਰੋ ਮਿਹਰਬਾਨੀ ਸ਼ੁਕਰੀਆ ਇਹਨਾਂ ਦੀ ਉਹ ਝੋਟੀ ਹੈ ਉਹ ਵੀ ਆਂਦੇ ਤੇ ਜਾਨ ਸ਼ੁਰੂਈ ਆਣੀ ਹੈ ਸੂਬੇਦਾਰ ਸਾਹਿਬ ਬਈ ਸ਼ੋਕਰ ਵਾਲ ਜਵਾ ਲਈਏ ਕਰਵਾ ਲਈ ਨਾ ਉਧਰ ਹੀ ਚੱਕ ਚਲ ਠੀਕ ਕਰੋ ਪਰਮਦਾਨ ਕਰੋ ਤੂੰ ਥੱਕ ਗਿਆ ਕੰਮ ਅਮਰਾ ਆ ਜਰਾ ਮਾਲ ਦੇ ਕਰਨ ਦਾ ਆਓ ਜੀ ਬਲਾਲ ਸਾਹਿਬ ਮਾਸ਼ਾਅੱਲਾ ਜੀ ਸਾਹਿਬ ਇਹ ਝੋਟੀ ਲਈਏ ਭਾਈ ਇਹਨਾਂ ਨੇ ਹਾਂਜੀ ਇਹ ਲਈ ਇਹ ਮਾਸ਼ਾਅੱਲਾ ਜੀ ਸਾਹਮਣੇ ਨਜ਼ਰ ਆਉਂਦੀ ਹੈ ਬੀੜੀ ਠੀਕ ਜੀ ਸੁਆਮ ਕਰਨਾ ਸਿਰਫ ਕਮਾਈ ਜਮਾਈ ਨੇ ਕਰਨੀ ਕਮਾਈ ਤੇ ਮਈਆਂ ਚ ਵੀ ਬਥੇਰੀ ਕੀ ਨਾਲੇ ਮੇਰੇ ਸੋਹਣੇ ਮਾਲ ਦੇ ਕਰਨ ਸੁਆਮ ਕਰਨਾ ਭਰਾਵਾਂ ਦੱਸਣਾ ਕਿ ਗਾਈਆਂ ਦਾ ਸੁਆਮ ਹੈ
ਸੋਹਣੇ ਮਾਲ ਤੇ ਕਰਨ ਨਾ ਮੇਰੇ ਪੁੱਤਰ ਮੇਰਾ ਇੱਧਰ ਕਰੋ ਕੈਮਰਾ ਮੇਰਾ ਮੇਰੇ ਪੁੱਤਰ ਕਦੀ ਕੁੱਤੀਆਂ ਨੇ ਜੜ ਵੇਖੇ ਨੀ ਹਰਾਮ ਦੇ ਇੱਜ਼ਤ ਨੀ ਹੁੰਦੇ ਇੱਜ਼ਤ ਇੱਜ਼ਤ ਜਦੋਂ ਹੁੰਦੇ ਨੇ ਹਲਾਲ ਮਾਲ ਦੇ ਫਰਾਜ਼ ਸਾਹਿਬ ਹੁੰਦੇ ਨੇ ਕਦੀ ਇਹ ਵੀ ਮਾਲ ਮੁੱਕ ਸਕਦਾ ਹਜ਼ਾਰਾਂ ਨਾ ਬੱਚੇ ਕਾ ਕਰ ਦਿੰਦੇ ਅਗਲੇ ਸਾਲ ਆਓ ਜੀ ਮਾਸ਼ਾਅੱਲਾ ਜੀ ਵੈਣ ਨੰਬਰ 1 ਆ ਗਈ ਹੈ ਸਿਹਤਮੰਦ ਪਹਿਲਵਾਨ ਚੀਜ਼ ਹੈ ਜਸਾਮਤ ਦੋਸਤਾਂ ਵੇਖਣੀ ਹੈ ਕਿੰਨਵਾਂ ਸਵਾਦ ਜੀ ਬਲਾਲ ਸਾਹਿਬ ਦਾ ਪੂਰੀ ਮਾਸ਼ਾਅੱਲਾ ਜੀ ਪਹਿਲਵਾਨ ਚੀਜ਼ ਹੈ ਥਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ ਟੋਰ ਵੀ ਚੈੱਕ ਕਰਵਾਉਂਦੇ ਹਾਂ ਲਿਬਾਸ ਕੀ ਚੰਗਾ ਕੀਤਾ ਪੂਰੀ ਮਾਸ਼ਾਅੱਲਾ ਜੀ ਗੋਲਡ ਮਟੋਲ ਸਵਾ ਕਿੰਨਵਾਂ ਦੱਸਿਆ ਜੀ ਪਹਿਲੀ ਜੁਆਈ ਚ ਕਿੰਨੀ ਬੋਲੀ ਕੱਢੀ ਹੈ ਯਕੀਨ ਕਰੋ 12 ਕਿਲੋ ਬੋਲੀ ਕੱਢੀ ਹੈ ਪਹਿਲੀ ਜੁਆਈ ਚ ਵੱਡੇ ਖੜਾ ਕੇ 20 ਸਿਰ ਦੀ ਮਾਲਕ ਲਾ ਦੇ ਹੁਕਮ ਨਾਲ ਨਹੀਂ 20 ਸਿਰ ਦੇ ਦੀ ਜਾਂ ਆਗੂ ਦੋਸਤਾਂ ਦੀ ਕਿਸਮਤ ਹੈ ਮਜ਼ਬੂਤ ਡਾਟਾ ਕਰਾਸ ਨੰਬਰ 1 ਤੇ ਚੈੱਕ ਕਰਵਾਈਏ ਲੈ ਚਲੋ ਭਾਈ ਜਾਨ ਚਿਹਰਾ ਵੀ ਦੋਸਤਾਂ ਵੇਖਣਾ ਸਿੰਘ ਵੀ ਚਿੱਟੇ ਨੇ ਮਾਸ਼ਾਅੱਲਾ ਜੀ ਦੋਸਤਾਂ ਨੂੰ ਸਾਈਡ ਤੇ 8 ਮਿੰਟ ਹੋ ਗਏ ਜੇ ਮਾਸ਼ਾਅੱਲਾ ਜੀ ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ ਜੀ ਬਲਾਲ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 1 ਦਾ ਚਾਚੇ ਦੀ ਵੇਚ ਵੱਧਦੇ ਚਾਸਾ ਜੀ ਤੁਹਾਨੂੰ ਸਲਾਮ 4 ਸਾਲਾਂ ਚ ਨਹੀਂ ਕੀਤੀ ਤੁਹਾਨੂੰ ਕੀ 3,70,000 ਖਾਲੀ ਆਂਦੀ ਏ ਲੇਕਿਨ ਮੇਰੇ ਮਿਆਰ ਦੀ ਨੀ ਯਕੀਨ ਕਰਦਾ ਬਾਹਰ ਕੱਢ ਦਿੱਤੀ ਏ ਠੀਕ ਹੈ ਯਾਨੀ ਕਿ ਵੀਡੀਓ ਦਾ ਮਿਆਰ ਨਹੀਂ ਮੈਂ ਬਾਹਰ ਕੱਢਦੀ ਸੋਹਣੇ ਮਾਸ ਜਿੰਦਾਬਾਦ ਕੀ ਬਾਤ ਹੈ ਗੱਡ ਅਗਲੀ ਏ ਠੀਕ ਹੈ ਲੈ ਆਖਰ ਤੇ ਬੋਲਬੋਲ ਦਾ ਬੱਚਾ ਵੀ ਵਿਖਾਇਆ ਜਾਏਗਾ ਦੇਖੋ ਮੇਰੇ ਸੋਹਣੇ ਮਾਸ ਦੇ ਕਰਨ ਨਾਲ ਚੁੰਮੀਆਂ ਵੀ ਲਈਆਂ ਜਾਣਗੀਆਂ ਕਾਲੇ ਮਾਸ਼ਾਅੱਲਾ ਜੀ ਥੱਲੇ ਲੱਗੇ ਨੇ ਸਾਮਤ ਵੱਡੀ ਹੈ ਜੀ ਦਬੀ ਜੀ ਅਗਲਾ ਜਾਨਵਰ ਰੈਡੀ ਰੱਖਣਾ ਲਿਆਓ ਜੀ ਸੂਬੇਦਾਰ ਸਾਹਿਬ ਕੀ ਨਸਲ ਹੈ ਬਲਾਲ ਸਾਹਿਬ ਜੀ ₹3,45,000 ਲਿਆਓ ਜੀ ਬਾਈ ਨੰਬਰ 3 ਵਾਲੀ ਟੋਰੀ ਅਮਰ ਸਾਹਿਬ ਸਾਊ ਹੈ ਜੀ ਮਾਸ਼ਾਅੱਲਾ ਜੀ ਇੱਧਰ ਵੇਖੋ
ਅਮਰ ਐਵੇਂ ਗੁਰੂ ਤੰਗ ਕਰਦਾ ਸੀ ਭਾਈ ਸਾਹਿਬ ਵੇ ਕੌਣ ਅਮਰ ਅੱਗੇ ਓਏ ਅੰਬਰ ਕਰਨਾ ਹੈ ਬਰਕਤ ਵਾਲਾ ਹੱਥ ਦੇ ਕੇ ਮਿੱਟੀ ਨੂੰ ਵੀ ਲੱਗ ਜਾ ਤੇ ਸੋਨਾ ਹੋ ਜਾਂਦੀ ਹੈ ਜਿੰਦਾਬਾਦ ਇਹ ਲੈਂਦਾ ਵੇਖੋ ਆਪਾਂ 10 ਦਿਨ ਵੀ ਜਿੰਦਾਬਾਦ ਸੂਬੇਦਾਰ ਸਾਹਿਬ ਇੰਜੀ ਚੈੱਕ ਕਰਵਾਇਆ ਹਾਂਜੀ ਵੇਖੋ ਮੇਰੇ ਸੋਨੇ ਮਾਲਕ ਚੁੱਕ ਪੁਛਾ ਲੈ ਭਾਈ ਇਹ ਤੱਤਾ ਖਲਾਰਦੀ ਭਾਈ ਕਿਤੇ ਮਿੱਟੀ ਨੂੰ ਵੀ ਲਾਲਾ ਸੋਨਾ ਹੋ ਜਾਂਦੀ ਹੈ ਚੈੱਕ ਕਰ ਲੈ ਯਾਰ ਬਰਕਾ ਬਰਾਂ ਕੀ ਬਾਤ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਟੋਰਿਓ ਜੀ ਲਾਲ ਸਾਹਿਬ ਕਿਨਵਾ ਸੁਆ ਸੋਈ ਹੈ ਜੀ ਭਰਾ ਸਾਹਿਬ ਦੂਸਰਾ ਸੁਆ ਕਰਮਾਲੇ ਸੁਆ ਦੂਸਰਾ ਕਿਦਨ ਦੀ ਸੋਈ ਹੈ ਭਰਾ ਸਾਹਿਬ ਨੇ ਅਜੇ ਦੋ ਚਵਾਈਆਂ ਦੀ ਕੀਤੀਆਂ ਖਿਲਾਰਿਓ ਜੀ ਸੁਆ ਦੂਸਰਾ ਵੇ ਬੋਲੇ ਤੇ ਵੇ ਨਾੜੂ ਜਿਆਦਾ ਸਾਹਮਣੇ ਨਜ਼ਰ ਆਉਂਦਾ ਪਿਆ ਬੱਚੀ ਹੈ ਬੱਚਾ ਬੱਚਾ ਜੀ ਪਹਿਲੀਆਂ ਦੋ ਚਵਾਈਆਂ ਚ ਕਿੰਨਾ ਗੋਲਾ ਕੱਢਿਆ ਜੀ ਬੋਲ ਬੋਲ ਦਾ ਬੱਚਾ ਬੋਲ ਬੋਲ ਦਾ ਸੋਨਾ ਰੱਖਿਆ ਜੀ ਹੁੰਦਾ ਅਮਰ ਸਾਹਿਬ ₹355 ਕਹਿ ਰਿਹਾ ਠੀਕ ਹੈ ਕੀਮਤ 355 ਸੋਹਣਾ ਲੱਗਣਾ ਕੀ ਲੱਗਣਾ ਕੀਮਤ 355 ਇਹ ਪੁਸ਼ਲ ਬਾਣਾ ਵੇਖਦੀ ਆ ਨਹੀਂ ਹੈ ਮਤ ਇਹ ਸਮਝੋ ਸੋਹਣਾ ਲੱਗਦਾ ਕੀ ਲੱਗਦਾ ਅੱਛਾ ਮੱਝਾਂ ਦੀਆਂ ਸਕਵਾਈਆਂ ਹੋ ਗਿਆ ਗਾਈ ਦੀ ਅੱਜ ਤੱਕ ਦੀ ਪੁੱਠੀ ਅਖਬਾਰ ਕਿਸੇ ਦੀ ਪੜੀ ਏ ਕੀਮਤ 355 355 ਤੇ ਸਿੱਧਾ ਫਿਕਰ ਕਰ ਤੂੰ ਕੋਈ ਨਾਲ ਆਇਆ ਵੀ ਚਾਲੀ ਹੋ ਗਿਆ ਜੀ ਅੱਗੇ ਆ ਗਈ ਨੰਬਰ 4 ਤੇ ਖਿਲਾਰਿਓ ਜੀ ਅਮਰ ਸਾਹਿਬ ਖਿਲਾ ਰਹੇ ਹੋ ਪਹਿਲਾਂ ਹੋ ਕੇ ਮਾਸ਼ਾਅੱਲਾ ਜਿਹੜੇ ਥਣ ਲੱਗੇ ਨੇ ਜਰਾ ਕਰੋ ਸਿੱਧੀ ਪਦਰੀ ਇਹ ਮਾਸ਼ਾਅੱਲਾ ਥਣ ਦੋਸਤਾਂ ਵੇਖ ਲਈ ਕਿਦਾਂ ਦੀ ਸੂਈ ਹੈ ਜੀ ਰਾਜ ਸਾਹਿਬ ਨੇ ਦਿਹਾੜੇ ਹੋ ਕੇ ਨੇ ਜੀ 16-17 ਦਿਨ ਹੋ ਗਏ ਨੇ ਸੁਬਾ ਪਹਿਲਾਂ ਵੀ ਥਣਾਂ ਦੀ ਬਣ ਬੜੀ ਪਿਆਰੀ ਹੈ ਪਹਿਲਾਂ ਹੋ ਕੇ ਸੋਹਣੇ ਮਿੱਠੀ ਥਣ ਲੱਗੇ ਨੇ ਆਟਾ ਵਗੈਰਾ ਸੁੱਟ ਗਈ ਹੈ ਸਾਫ ਹੋ ਗਈ ਹੈ ਮਾਸ਼ਾਅੱਲਾ ਜੀ ਹਲਕਾ ਜਿਹਾ ਢੋਲ ਕੇ ਲਿਆਉਣਾ ਦੁੱਧ ਕਿੰਨਾ ਕੁ ਬਲਾਲ ਸਾਹਿਬ ਕੋਈ 11 ਕਿਲੋ ਹੋਏਗਾ ਬੱਚੇ ਨੂੰ ਛੱਡ ਕੇ ਚਵਾਈ ਦਾ ਚਵਾਈ ਦਾ ਠੀਕ ਹੈ ਜੀ ਲੈ ਜਰਾ ਪਰਤਾ ਕੇ ਕਿੰਨੇ ਦਾ ਆਂਦੇ ਜੀ ਸੁਬੇਦਾਰ ਸਾਹਿਬ ਮਾਸ਼ਾਅੱਲਾ ਜਾ ਕੇ ਭਾਈ ਪਿੱਛੇ ਦੇ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਲੈ ਆਵੋ ਜੀ ਦੁੱਧ ਚਵਾਈ 11 ਕਿਲੋ ਚਿਹਰਾ ਵੀ ਦੋਸਤਾਂ ਵੇਖਣਾ ਲਾਮ ਵੀ ਚੈੱਕ ਕਰਨੀ ਹੈ ਬੜੇ ਸੋਹਣੇ ਮਾਸ਼ਾਅੱਲਾ ਜੀ ਮਿੱਠੀ ਥਣ ਲੱਗੇ ਨੇ ਨਸਲ ਕੀ ਬਲਾਲ ਸਾਹਿਬ ਦੀ ਜਰਸੀ ਦੇ ਚੋਲਸਤਾਨੀ ਅੱਛਾ ਕਿਹੜੀ ਗੱਲ ਸਾਹਿਬਾ ਬੰਨੀ ਕੋਈ ਬੰਦਿਆਂ ਨੂੰ ਇਹ ਤੈਨੂੰ ਪਤਾ ਫਰਾ ਸਾਹਿਬ ਪਾਕਿਸਤਾਨ ਬ੍ਰਾਂਡ ਸਾਹਿਵਾਲ ਜੀ ਘਰ ਕਿਹੜੀ ਗਾਂ ਰੱਖੀ ਸਾਹਿਵਾਲ ਦੀ ਰੱਖੀ ਹੈ ਸਾਹਿਵਾਲ ਕ੍ਰਾਸ ਸਾਹਿਵਾਲ ਕ੍ਰਾਸ ਸਾਹਿਵਾਲ ਬ੍ਰਾਂਡ ਇੱਕ ਪਾਕਿਸਤਾਨੀ ਮਰਸੀਆ ਨਾ ਘਰ ਫਰਾ ਸਾਹਿਬ ਫਰਾ ਸਾਹਿਬ ਵੇਖੋ ਕੋਈ ਬਾਨੀ ਜਰਸੀ ਜਰਸੀ ਦੇ ਚੋਲ ਲਿਆਓ ਜਰਾ ਜਰਸੀ ਦੇ ਚਲੋ ਵੇਖੋ ਠੀਕ ਹੈ ਚਲੋ ਸਾਹਮਣੇ ਕਰੇ ਜਰਾ ਬੜੀ ਕੋਈ ਨੋਖੀ ਜੀ ਸ਼ਾਇ ਮਾਸ਼ਾਅੱਲਾ ਚਿਹਰਾ ਇੰਜ ਕਰੇਗੀ ਠੀਕ ਹੈ ਬਣਿਓ ਜੀ ਸੁਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 4 ਦਾ ਸਾਹਿਬ ਬੱਚੀ ਦਾ ਨਹੀਂ ਮੇਰਾ 4 ਲੱਖ ਵੀ ਲਾਓ ਤੇ ਪਚਦਾ ਹੈ ਫਰਾਦ ਆ ਕੇ ਕਿਹਾ ਪੈਸਾ ਪੈਸਾ ਫਰਾਦ ਫੇਰ ਨਾ ਮੈਨੂੰ ਕਹਿਣਾ ਪਏ ਫਰਾਦ ਜੀ ਜੀ
2,95,000 ਜਾ ਭਾਈ ਅੱਗੇ ਕੱਢੋ ਤਾਂ ਹੀ ਜ਼ਿਆਦਾ ਕਰਦੀ ਨਾ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਟੋਰ ਕੇ ਭਾਈ ਜਾਨ ਲਿਆ ਜ਼ਰਾ ਬੜਾ ਗੁਲ ਟੋਰੀ ਚੁੱਕ ਜਾ ਪਰ ਕਰੋ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਇਹ ਜਾ ਵੀ ਦੋਸਤਾਂ ਵੇਖ ਲੈਣਾ ਲਿਆ ਭਾਈ ਟੋਰ ਕੇ ਤੇਰਾ ਵੈਡ ਨੰਬਰ 5 ਸੁਬਾ ਪਹਿਲਾ ਮਾਸ਼ਾਅੱਲਾ ਜੀ ਕੁਛ ਦੇਰ ਪਹਿਲੇ ਸੂਈ ਹੈ ਇਹ ਵੀ ਪਹਿਲਾਂ ਨੇ ਚਵਾਈ ਹਲੇ ਦੀ ਕਰਨੀ ਹੈ ਲਿਆਓ ਜੀ ਪਿੱਛੇ ਦਾ ਬੱਚਾ ਜੀ ਸੇਮ ਇੱਕ ਹੀ ਕਲਰ ਚ ਬੱਚਾ ਭਾਈ ਜਾਨ ਟੋਰੋ ਜ਼ਰਾ ਮਾਸ਼ਾਅੱਲਾ ਜੀ ਬਿਲਕੁਲ ਜੀ ਇੰਜੀ ਗੱਲ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਨੰਬਰ 6 ਤੇ ਜੀ ਦਿਨ ਤਕਰੀਬਨ ਅਟਕ ਲੈਂਦੀ ਵੀ ਜਿਹੜੇ ਦਿਨ ਦੱਸੇ ਨੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਵੇਖ ਲੈਣੇ ਨੇ ਕੀ ਨਸਲ ਬਲਾਲ ਸਾਹਿਬ ਦੀ ਰਾਜ ਸਾਹਿਬ ਫਰੀ ਦੀਆਂ ਤੇ ਜਰਸੀ ਕਰਾਸ ਲਓ ਜੀ ਰੇਟ ਵੈਡ ਨੰਬਰ 8 ਦਾ ਸਾਹਿਬ ਬਾਬਾ ਸ਼ਾਹ ਜੀ ਸੋਹਣੀ ਬੜੀ ਹੁਸਨ ਵਾਲੀ ਮਾਸ਼ਾਅੱਲਾ ਰੱਬ ਨੇ ਸੋਹਣੀ ਸ਼ਾਹ ਬਣਾਈ ਹੈ ਬੜਾ ਪਿਆਰਾ ਲੱਗਾ ਭਰਾ ਦੇਖੋ ਮੇਰੇ ਮਾਲਕ ਦੇ ਕਰਮਾਂ ਆ ਮਾਸ਼ਾਅੱਲਾ ਬੜਾ ਪਿਆਰਾ ਲੱਗਾ ਭਰਾ ਸਾਹਿਬ ਕੁਝ ਨਾ ਰਹਿ ਵੀ ਫਿਰ ਫਰਾਜ਼ ਸਾਹਿਬ ਸਾਊ ਵੇਖੋ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਫਰਾ ਕਰ ਲੱਤ ਪਰਾਂ ਕਰ ਮਾਸ਼ਾਅੱਲਾ ਦੇਖੋ ਸਾਹਿਬ ਬੋਲਮ ਚਪੇੜਾਂ ਵੀ ਮਾਰਾ ਤੇ ਲੱਤਾਂ ਖਿਲਾਰਦੀਆਂ ਨੇ ਫੇਰ ਹੀ ਨਾ ਚਾਹੀਦਾ ਨਾ ਜਗ੍ਹਾ ਵੀ ਨਹੀਂ ਮਾਸ਼ਾਅੱਲਾ ਜੀ ਵੇਖੋ ਹਾਂ ਭਲਾ ਚਾਦਰ ਵੱਡੀ ਹੈ ਯੈਸ ਦੇਖ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਕੀ ਰੇਟ ਹੈ ਵੈਰ ਨੰਬਰ 6 ਦਾ ਸਾਹਿਬ ਵੈਰ ਇੱਕ ਚੀ ਹੈ ਮੀਣੀ ਜੀ ਸਿੰਘ ਦੋਵੇਂ ਹਲਦੇ ਨੇ ਅੱਖਾਂ ਚ ਸੁਰਮਾ ਵੀ ਆਪੀ ਪਾਇਆ ਮਲੰਗਣੀ ਮਲੰਗਣੀ ਯਕੀਨ ਕਰੋ ਇੱਧਰ ਠੀਕ ਇੱਧਰ ਤੇ ਵੇਖੋ ਜੀ ਜੀ ਜੇ ਨਾ ਹੈ ਇਹ ਜੱਫਾ ਜੇ ਜੱਫਾ ਹੋਰ ਜੱਫੇ ਹੁੰਦੇ ਨੇ ਪਿਆਰ ਵਾਲਾ ਜੱਫਾ ਗਰਮੀ ਨੀ ਕਰਦੀ ਬੜੀ ਗਲਤ ਗੱਲ ਸ਼ੁਰੂ ਹੋ ਗਿਆ ਕਦੇ ਮੈਂ ਕੀਤਾ ਫਿਰ ਮੈਂ ਠੀਕ ਹੈ
ਭਲਾ ਕੀ ਗਿਆ ਸੀ? ਪਤਾ ਤੁਹਾਡਾ ਇੱਕ ਬੰਦਾ ਬੜਾ ਦੀਵਾਨਾ ਹੈ, ਉਹ ਆਉਂਦਾ ਹੁੰਦਾ ਸੂਬੇਦਾਰ ਸਾਹਿਬ ਦੀ ਕਿਸਮਤ ਚਾਹੀ ਜੱਫੇ ਰਹਿ ਗਏ ਨੇ ਠੰਡ ਵਿਚ ਵੀ ਕਹਿੰਦਾ ਤੁਸੀਂ ਬੜੇ ਮਜ਼ਾਕੀ ਬਲਾਲ ਕਿਨਵਾ ਸੁਬੈਦਾ ਯਾਰ ਪਹਿਲਨ ਮਾਸ਼ਾਅੱਲਾ ਜੀ ਸ਼ਾਨਦਾਰ ਪਹਿਲਨ ਨੇ ਨੰਬਰ ਆ ਗਈ ਸੱਤ ਤੇ ਜ਼ਿਆਦਾ ਜਰਸੀ ਵਿੱਚ ਕੋਈ ਹਲਕਾ ਜਾ ਕਰਾਸ ਦਿਨ ਕਿੰਨੇ ਕੁ ਲੈ ਰਹੀ ਹੈ ਜੀ? ਫਰਾਜ਼ ਸਾਹਿਬ ਦਿਹਾੜੇ ਸੱਤ ਤੋਂ ਅੱਠ ਲੈਂਦੀ ਹੈ ਜੀ, ਪੂਰੀ ਨਵਾਖ ਚਾ ਲਿਆਓ ਜੀ, ਸੱਤ ਤੋਂ ਅੱਠ ਦਿਨ ਲੈਂਦੀ ਵੀ ਮਾਸ਼ਾਅੱਲਾ ਜੀ, ਸਾਰਾ ਕੁਝ ਪਾਲੀ ਪਈ ਹੈ। ਠੀਕ ਹੈ, ਲਿਆ ਬੈੜੀ ਕਿੰਨੇ ਦੰਦੇ ਜੋਰ ਲਾਂਦੀ ਸਾਰਾ ਚੀ ਫੜ ਲੋ ਚਾਚੂ ਰਾਂ ਗੁਲ ਚਾਚੂ ਜੀ ਹੋਰ ਪਾਸੇ ਜ਼ੇਨ ਨੂੰ ਨਾ ਟੁਰ ਗਿਆ ਕਬੂਤਰ ਨੰਬਰ ਸੱਤ ਤੇ ਚੈੱਕ ਕਰਵਾਈਏ ਪਹਿਲਾਂ ਨੇ ਚੌਕੀ ਤੋਂ ਛਿੱਗੀ ਹੁੰਦੀ ਹੈ ਬਈ ਗੱਬਾ ਨੇ ਕੀ ਰੇਟ ਹੈ ਬਲਾਲ ਸਾਹਿਬ ਐਡ ਨੰਬਰ ਸੱਤ ਦਾ ਮਾਸ਼ਾਅੱਲਾ ਜੀ ਰੇਟ ਹੋਇਆ ਸਿਰਫ 3,30,000 ਰੁਪਏ 3,30,000 ਸਵਾ ਤਿੰਨ ਹੀ ਕਰੋ ਕੋਈ ਗੱਲ ਨੀ 3,50 ਹੋ ਗਿਆ 3,20 ਹੋ ਗਿਆ ਮਾਸ਼ਾਅੱਲਾ ਜੀ ਅੱਗੇ ਆ ਗਈ ਹੈ ਜੀ ਵੈਡ ਨੰਬਰ 8 ਗੱਬਾ ਨੇ ਜੀ ਬਲਾਲ ਸਾਹਿਬ ਆਇਓ ਜ਼ਰਾ ਟਾਈਮ ਸ਼ਾਰਟ ਹੈ ਜੀ ਜੀ ਬਲਾਲ ਸਾਹਿਬ ਗੱਬਾ ਨੇ ਜੀ ਸੁਬਾਹ ਕਿੰਨਾ ਸੁਣਿਆ ਨੇ ਸੁਬਾਹ ਦੂਸਰਾ ਸੁਣਾ ਵੇ ਕੱਚੀ ਹੈ ਫਿਲਹਾਲ ਦਿਨ ਕਿੰਨੇ ਲੈ ਰਹੀ ਅੱਠ ਕੇ ਦਿਨ ਤਕਰੀਬਨ ਲੈਂਦੀ ਮਾਸ਼ਾਅੱਲਾ ਦੀ ਚਮਕ ਮਾਸ਼ਾਅੱਲਾ ਜੀ ਸੋਹਣੇ ਮਾਲ ਦੇ ਕਰਨ ਨਾਲ ਥਾਨਵੀ ਸੋਹਣੇ ਮੁੱਠੀ ਨੰਬਰ ਆ ਗਈ 8 ਤੇ ਗੱਬਾ ਨੇ ਮਾਸ਼ਾਅੱਲਾ ਜੀ ਗਾਂ ਦੀ ਗਾਂ ਕ੍ਰਾਸ ਬਰੀਡ ਲਿਆਓ ਜੀ ਸੁਬੇਦਾਰ ਸਾਹਿਬ ਜ਼ਰਾ ਟੋਲ ਕੇ ਮਾਸ਼ਾਅੱਲਾ ਜੀ ਕੀ ਨਸਲ ਬਲਾਲ ਸਾਹਿਬ ਦੀ ਜਰਸੀ ਤੇ ਚੁਲਸਤਾਨੀ ਕ੍ਰਾਸ ਜਿੱਦਣ ਤਿਆਰ ਹੈਗੀ ਪੂਰੀ ਪੰਡ ਪਾ ਦੇਗੀ ਥੱਲੇ ਨਾਲੇ ਜੀ ਬਿਹਤਰ ਹੋ ਗਿਆ ਜੀ ਟੋਰ ਵੀ ਦੋਸਤਾਂ ਵੇਖ ਲੈਣੀ ਕ੍ਰਾਸ ਬਰੀਡ ਹੈ ਕੱਚੀ ਹੈ ਫਿਲਹਾਲ ਦਿਨ ਤਕਰੀਬਨ 8 ਕਿ ਲੈਂਦੀ ਹੈ ਜਗ੍ਹਾ ਲੈ ਕਾਫੀ ਹੈ ਕੀ ਰੇਟ ਬਲਾਲ ਸਾਹਿਬ ਵੈਡ ਨੰਬਰ 8 ਦਾ ਸਿਰਫ 2,95 2,95,000 ਜੀ ਬਿਹਤਰ ਹੋ ਗਿਆ ਕੋਈ ਸਾਊ ਖਾਂਦਾ ਦੀ ਦੂਜਾ ਨਹੀਂ ਹੈ ਵੇਖੋ ਪਰਾ ਕਰ ਲਾ ਯੈਸ ਮਾਸ਼ਾਅੱਲਾ ਲਿਆਓ ਜੀ ਅੱਗੇ ਨੰਬਰ 9 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 9 ਤੇ ਜਾ ਕੇ ਕੱਢਿਓ ਅਮਰ ਸਾਹਿਬ ਪਿੱਛੇ ਬੱਚੀ ਮਾਸ਼ਾਅੱਲਾ ਜੀ ਖਿਲਾ ਰਹੇ ਹੋ ਜੀ ਇੱਥੇ ਜ਼ਰਾ ਬਲਾਲ ਸਾਹਿਬ ਸੁਬਾਹ ਕਿਨਵਾ ਦੀ ਕਿਦੋਂ ਦੀ ਸੂਈ ਹੈ ਸਿੱਧੀ ਭਾਜੀ ਸੁਬਾਹ ਤੀਸਰਾ ਉਰਲੇ ਸਾਨੂੰ ਹੁਣ ਕਿੱਥੋਂ ਲੱਗ ਗਿਆ ਜਰਾ ਚੈੱਕ ਕਰ ਲੇ ਚੈੱਕ ਕਰੋ ਸੂਬੇਦਾਰ ਸਾਹਿਬ ਮਿਆਰ ਚ ਫਰਕ ਨਾ ਆਈਏ ਮਾਸ਼ਾਅੱਲਾ ਛਾਏ ਅੱਜ ਕੱਲ ਬਲਾਲ ਡਰਾ ਦੇਣਾ ਯਾਰ ਸੁਬਾਹ ਕਿੰਨਾ ਦੱਸਿਆ ਸੁਬਾਹ ਤੀਸਰਾ ਤੇ ਦਿਨ ਕਿੰਨੇ ਕੋ ਗਏ ਨੇ ਸੋਨੂੰ 10 ਤੋਂ 12 ਦਿਨ ਹੋ ਗਏ ਨੇ ਸੁਬਾਹ ਤੀਸਰਾ ਵੇ ਸੂਬੇਦਾਰ ਸਾਹਿਬ ਧਾਰਾ ਮਾਰ ਕੇ ਚੈੱਕ ਕਰਵਾ ਬਰਤਨ ਕੋਈ ਫੜ ਲਓ ਬਰਤਨ ਫੜ ਫੜ ਬਰਤਨ ਫੜ ਲਓ ਭਰਿਓ ਬਰਤਨ ਦੌੜ ਕੇ ਫੜ ਕੇ ਲਿਆ ਜਾ ਫੜੋ ਅਮਰ ਸਾਹਿਬ ਅੰਮ੍ਰਿਤ ਸਾਹਿਬ ਜਾ ਫੜੋ ਸੋਟਾ ਵੇਖੋ ਹਾਂ ਮਸਲਾ ਹੈਗਾ ਦਸ ਕੇ ਦਿਆਂਗੇ ਨੀ ਹੋਣ ਲੱਗਾ ਠੱਕ ਠੱਕ ਦੀ ਆਵਾਜ਼ ਆਈ ਸਾਹਿਬ
ਚਲੋ ਜੀ ਲੈ ਚਲੋ ਦੁੱਧ ਕੀ ਮੈਂ ਰਾਜ ਸਾਹਿਬ ਦੁੱਧ 10 ਕਿਲੋ ਹੈਗਾ ਵੈਸੇ ਦੁੱਧ 10 ਕਿਲੋ ਸਵਾ ਤੀਸਰਾ ਦੱਸਿਆ ਹਾਂਜੀ ਠੀਕ ਹੈ ਜੀ ਲਓ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਸੇਮ ਇੱਕ ਹੀ ਕਲਰ ਹੈ ਸਵਾ ਤੀਸਰਾ ਨੰਬਰ 9 ਤੇ ਚੈੱਕ ਕਰਵਾਈਏ ਜਾ ਕੀ ਪਿੱਛੇ ਤੇ ਬੱਚੇ ਖਲਾ ਰਹੇ ਜਾਨ ਪਿੱਛੇ ਬੱਚੀ ਆ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਠੀਕ ਹੈ ਬੰਨੋ ਜੀ ਇਹਦਾ ਰੇਟ ਹੋਏਗਾ ਫਰਾਜ਼ ਸਾਹਿਬ 2,85,000 2,85,000 ਲਿਆਓ ਜੀ ਅੱਗੇ ਨੰਬਰ 10 ਵਾਲੀ ਉਹ ਰਗੜ ਲੱਗੀ ਸੂਬੇਦਾਰ ਸਾਹਿਬ ਸਾਈਡ ਤੇ ਹਾਂਜੀ ਹਾਂਜੀ ਕਿਤੇ ਬੈਠੀ ਹੈ ਨਾ ਆ ਵੇਖੋ ਆ ਮੇਰੇ ਸੋਨੇ ਮਾਲ ਦੇ ਕਰਨ ਇਹ ਹੁਣ ਨਾ ਤੁਹਾਨੂੰ ਮੈਂ ਦੱਸਣਾ ਵਾ ਕਿ ਆ ਇੱਥੇ ਦੁਕਾਨ ਸਰ ਗੱਲ ਦੱਸ ਦੂਸਰੇ ਭਰਾ ਦਾ ਹੁਣ ਹੀ ਲੱਗੀ ਆ ਮਾਸਾ ਤਰੀ ਜੀ ਆ ਵੇਖੋ ਠੀਕ ਗਲਤ ਗੱਲ ਕਰ ਕੇ ਨਹੀਂ ਦੱਸਣੀ ਥਾਂ ਸਹੀ ਹੈ ਥਾਂ ਸਹੀ ਹੈ ਬਿਲਕੁਲ ਆ ਵੇਖੋ ਠੀਕ ਸਾਈਡ ਤੇ ਲੱਗੀ ਰਗੜ ਕੋਈ ਇਸ਼ੂ ਨਹੀਂ ਲਿਆਓ ਜੀ ਅੱਗੇ ਨੰਬਰ 10 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 10 ਤੇ ਐ ਯਾਰਾਂ ਤੇ ਵੇ 10 ਹੁਸਨ ਵੇਖਣਾ ਪੂਰੀ ਕੁਆਲਿਟੀ ਵਾਲੀ ਚੀਜ਼ ਦੇ ਪ੍ਰਿੰਟ ਜ਼ਬਰਦਸਤ ਹੈ ਨਫਾਸਤ ਚੈੱਕ ਕਰਨੀ ਹੈ ਬਲਾਲ ਸਾਹਿਬ ਸੁਬਾਹ ਕਿੰਨਾ ਕਿਦੋਂ ਦੀ ਸੂਈ ਸੁਬਾਹ ਕਿੰਨੇ ਦਿਨ ਹੋ ਗਏ ਨੇ ਤਿੰਨ ਕੁ ਦਿਨ ਹੋ ਗਏ ਨੇ ਬੋਲੇ ਤੇ ਮਾਸ਼ਾਅੱਲਾ ਜੀ ਖੂਬਸੂਰਤ ਚੀਜ਼ ਹੈ ਹੱਥ ਜ਼ਰਾ ਸਿੱਧੀ ਕਰਿਓ ਜੀ ਕਿੰਨਾ ਕੁ ਦੋ ਬੋਲਾ ਬਲਾਲ ਸਾਹਿਬ ਦੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਫਿਲਹਾਲ ਬੱਚੇ ਸਮੇਤ ਜਿਹੜਾ ਬੋਲਾ ਵੇ 10 ਕਿਲੋ ਜਾ ਕੇ ਪਿੱਛੇ ਬੱਚੀ ਇਹ ਪਿੱਛੇ ਦੇ ਬੱਚੀ ਕਰਮਣੀ ਆ ਵੀ ਦੋਣੇ ਦੀ ਸਾਮਤ ਪਿਆਰੀ ਇਹ ਚੀਜ਼ ਹੈ ਖੂਬਸੂਰਤ ਹੈ ਪਿੱਛੇ ਦੇ ਬੱਚੀ ਨਾੜੂ ਸਾਹਮਣੇ ਨਜ਼ਰ ਵੀ ਝੁੰਗੀ ਮਾਸ਼ਾਅੱਲਾ ਜੀ ਮੋਟੀ ਅੱਖ ਦੇ ਮੱਥੇ ਤੇ ਬੈਂਡ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਮੇਰੇ ਸੋਹਣੇ ਮਾਲਕ ਦੇ ਕਰਮ ਮਾਸ਼ਾਅੱਲਾ ਜੀ ਬੰਨੋ ਜੀ ਜੀ ਬਲਾਲ ਸਾਹਿਬ ਕੀ ਰੇਟ ਹੈ ਜੀ ਵੈਰ ਨੰਬਰ 10 ਦਾ ਇਹਦਾ ਸਿਰਫ ਰੇਟ ਹੋਗਾ 2,80,000 ਰੁਪਏ 2,80,000 ਜੀ ਬਿਹਤਰ ਹੋਗਾ ਮਾਸ਼ਾਅੱਲਾ ਜੀ ਚੀਜ਼ ਖੂਬਸੂਰਤ ਹੈ ਕੀਮਤ 2,80 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 11 ਤੇ ਲਿਆਓ ਜੀ ਬਲਾਲ ਸਾਹਿਬ ਕਿਨਵਾ ਸੁਆ ਜੀ ਇਹਦਾ ਹਾਲੇ ਇੱਕ ਪਿੱਛੇ ਬ੍ਰਾਂਡ ਵੀ ਆਇਆ ਜੀ ਪਹਿਲਾਂ ਮਾਸ਼ਾਅੱਲਾ ਜੀ ਕਿਦੋਂ ਦੀ ਸੂਈ ਹੈ ਚਾਰ ਕੁ ਦਿਨ ਹੋ ਗਏ ਨੇ ਟੋਰ ਕੇ ਲਿਆਉਣੀ ਜ਼ਰਾ ਯਾਦ ਬਗੈਰ ਨਹੀਂ ਟੁਰਨਾ ਉਹਨੇ ਚੰਗਾ ਜ਼ਿਆਦਾ ਕਰਦੀ ਲਿਆਓ ਜੀ ਅਮਰ ਸਾਹਿਬ ਢੋਲ ਕੇ ਲਿਆਓ ਨੰਬਰ ਆ ਗਈ 11 ਦੇ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਸੁਬਾਹ ਪਹਿਲਾਂ ਵੇ ਕਿਦਨ ਦੀ ਸੂਈ ਹੈ ਬਲਾਲ ਸਾਹਿਬ ਚਾਰ ਕੁ ਦਿਨ ਹੋ ਗਏ ਨੇ ਹਲਕੇ ਆ ਜਾ ਢੋਲ ਕੇ ਲਿਆਉਣਾ ਬੋਲੇ ਤੇ ਬੋਲਾ ਕਿੰਨਾ ਕਿਹਦੇ ਕੋਲ ਟੋਟਲ ਬੱਚੇ ਸਮੇਤ ਬੋਲਾ 10 ਕਿਲੋ ਇਹ ਪਿੱਛੇ ਦੇ ਬੱਚਾ ਟੀਕੇ ਦਾ ਬੱਚਾ ਮਾਸ਼ਾਅੱਲਾ ਜੀ ਬੱਚਾ ਇਹ ਹੀ ਕਹਿੰਦਾ ਬਲਾਲ ਬੱਚਾ ਲਿਆਓ ਜੀ ਬਲਾਲ ਸਾਹਿਬ ਪਰਤਾ ਕੇ ਜ਼ਰਾ ਮਾਸ਼ਾਅੱਲਾ ਜੀ ਕ੍ਰਾਸ ਬਰੀਡ ਚਿਹਰਾ ਵੀ ਦੋਸਤਾਂ ਵੇਖ ਲੈਣਾ ਵੇ ਤੋਰੋ ਜ਼ਰਾ ਕੀ ਨਸਲ ਬਲਾਲ ਸਾਹਿਬ ਦੀ ਜਰਸੀ ਤੇ ਚੁਲਸਤਾਨੀ ਕ੍ਰਾਸ ਸੁਬਾਹ ਪਹਿਲਾਂ ਜੀ ਸੁਬੇਦਾਰ ਸਾਹਿਬ ਸੋਹਣੀ ਚੀਜ਼ ਮਾਸ਼ਾਅੱਲਾ ਜੀ ਬਾਬੇ ਬਾਬੇ ਹੀ ਦੇਣ ਸਨ ਪੈਣ ਤੇ ਪਤਾ ਕੀ ਕਿਹਾ ਸੀ ਲੋ ਇੱਥੇ ਗਰੋਥ ਵੀ ਲੋ ਸਨ ਪੈਣ ਜਦੋਂ ਕਹਿੰਦੇ ਨਾਸ਼ਤਾ ਲਾਹੌਰ ਕਰਨਾ ਅਗਰ ਵਡੇਰਾ ਜਿਹਾ ਕਰਨਾ ਸਾਹਿਬ ਜੀ ਉਹਨੇ ਕਿਹਾ ਕਿ ਉਹ ਕਿਹੜਾ ਕਿਹੜਾ ਸ਼ਹਾਦਤ ਦੀ ਮੌਤ ਮੰਨਣਾ ਚਾਹੁੰਦਾ ਅੱਗੇ ਆ ਜਾਏ ਨਾਸ਼ਤਾ ਤੱਕੀ ਜਾਂਦੇ ਹਾਂ ਲਾਹੌਰ ਕਰਨਾ ਵੇ ਤੇ ਫਿਰ ਨਾ ਇਸ ਤਰ੍ਹਾਂ ਦੇ ਸ਼ੇਰ ਆਏ ਹਨ ਰਾਜ ਸਾਹਿਬ ਜਦੋਂ ਬੰਨ ਕੇ ਛਾਤੀਆਂ ਦੇ ਇੱਥੇ ਬੰਬ ਜਦੋਂ ਬੰਨ ਕੇ ਨਾ ਤੇ ਜਦੋਂ ਟੈਂਕਾਂ ਥੱਲੇ ਗਏ ਹਨ ਨਾ ਆਪਣੀ ਹਦੂਦ ਵੀ ਛੱਡ ਕੇ ਨੱਸ ਗਿਆ ਮੇਰੇ ਪੁੱਤਰ ਗਾਂ ਵਿਖਾਉਂਦਾ ਸੀ ਨਾ ਵਿਆਹ ਚੁੱਕ ਗਿਆ ਬੱਚਾ ਹੁਣ ਚੁੱਪ ਖਾਤਰ ਆ ਗਾਂ ਬਾਬੇ ਬਾਬੇ ਹੀ ਹੁੰਦੇ ਨੇ ਬਾਬੇ ਬਗੈਰ ਲਿਆ ਘਟੋਲ ਗਾਂ ਦੀ ਵੇਖੋ ਹਮਲਾ ਬਿਲਕੁਲ ਆ ਜ਼ਰਾ
ਛੋਟਾ ਜਿਹਾ ਬਲਿਆਵਾਂ ਦਵਾ ਕੇ ਚੈੱਕ ਕਰਵਾਉਂਦਾ, ਕੋਈ ਚੱਸ ਨਹੀਂ ਹੁੰਦੀ ਵੀ। ਲਿਆਓ ਜੀ, ਕੀ ਰੇਟ ਬਿਲਾਲ ਸਾਹਿਬ ਬੈਡ ਨੰਬਰ 11 ਦਾ? 2,55,000 ਢਾਈ ਕਰੋ ਫਿਰ ਸਿੱਧਾ ਸਿੱਧਾ ਜੀ। 2,45 ਲੱਗਿਆ ਕਿਸੇ ਦਾ? ਲੱਗਾ ਭਰਾ ਸਾਹਿਬ। ਠੀਕ ਹੈ, ਕਿਹਦਾ ਲੱਗਿਆ? ਇਹਦਾ ਹੀ 2,45। 2,45 ਹੋ ਗਿਆ ਜੀ। 2,45 ਨਾ ਕਰੋ, 40 ਕਰੋ। 2,40 ਹੋ ਗਿਆ ਕਰੋ। ਠੀਕ ਹੈ, ਆਓ ਜ਼ਰਾ ਨੰਬਰ 12 ਨੂੰ ਚੈੱਕ ਕਰੋ ਜੀ। ਧੂਮ 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 ਆਏ ਹੁਣ ਲੱਗ। ਆਜੋ ਪ੍ਰਾਹੁਣੇ, ਆਜੋ, ਤੁਹਾਨੂੰ ਗਾਵਾਂ ਦੇਣੀ ਆ। ਇਹ ਦਰਵੇਸ਼ ਦਾ ਡੇਰਾ ਵੇ, ਜਿੰਨੇ ਪੈਸੇ ਦੋਗੇ ਭੋਲਿਆਂ ਨੇ ਜੇ ਤੁਹਾਨੂੰ ਗਾਵਾਂ ਦੇਣੇ ਮਿੱਠੋ ਅੰਦਰ। ਜਿੰਨੇ ਤੁਹਾਂ ਮੇਰੇ ਸਾਡੀ ਗੱਲ ਸੁਣੀ ਹੈ ਸੌਦੇ ਦੀ, ਜਿੰਨੇ ਜਿੰਨੇ ਪੈਸੇ ਕਹੋਗੇ ਨਾ ਬ੍ਰਾਂਡ ਹੀ ਹੈ, ਖੂਬਸੂਰਤੀ ਵੇਖਣੀ ਹੈ, ਹੁਸਨ ਚੈੱਕ ਕਰਨਾ। ਆਓ ਜੀ ਸੂਬੇਦਾਰ ਸਾਹਿਬ ਜ਼ਰਾ ਮੈਦਾਨ ਚ ਰੈਡ ਫ੍ਰੀਜ਼ੀਅਨ ਬੱਚੀ ਚੈੱਕ ਕਰਾ ਦੋ, ਡੱਬੀ ਆਓ ਮੈਦਾਨ ਚ। ਮਾਸ਼ਾਅੱਲਾ, ਚਲੋ ਦੋਸਤਾਂ ਵੇਖ ਲੈਣਾ ਕਰਮਲੀਆਂ ਵੀ ਦੋਨੇ। ਮੂੰਹ ਵੇਖੋ, ਤੱਤਿਆਂ ਪਾਣੀਆਂ ਨਾਲ ਮਕਾਨ ਨੇ ਜੇ ਸੜਦੇ। ਇੱਥੇ ਹਰ ਕੋਈ ਬੰਦਾ ਕਹਿੰਦਾ ਮੇਰਾ ਕੋਈ ਹੋਰ ਨਹੀਂ, ਸੱਤਿਆਂ ਪਾਣੀ ਨੇ ਮਕਾਨ ਸਾਹਿਬ ਕੁਝ ਕੀਤੀ ਕੁਝ ਹੁੰਦੇ ਨਾ ਬੱਦਲ ਗਾਇਦਾ ਕਦੇ ਵੜਿਆ ਵੀ ਕੱਬਰ ਨਹੀਂ। ਆਜੀ ਇੱਧਰ ਕਰੋ, ਇੱਧਰ ਕਰੋ, ਫਰਾਜ਼ ਸਾਹਿਬ, ਤੈਯਬ ਸਾਹਿਬ, ਫਰਾਜ਼ ਸਾਹਿਬ, ਤੈਯਬ ਸਾਹਿਬ, ਆਜੀ ਆਜੀ। ਪਿੰਡੀਓ ਗੱਡੀ ਜਾਂਦੀ ਹੈ ਸ਼ੱਕਰਗੜ੍ਹ, ਮੁੰਡੇ ਲਾਗੇ ਕਰੇ ਤਕੱਬਰ ਜਿਹਾ ਕਿਤੇ ਗੱਲ ਆਈਏ ਯਾਰ, ਉਹਦੇ ਨਾਲ ਨਾ ਰੱਖੇ ਰੁੱਖੇ ਮੇਰੇ ਪੁੱਤਰ ਆ, ਗੱਡੀਆਂ ਗੁੱਡੀਆਂ ਲੱਗਦੀਆਂ ਰਹਿੰਦੀਆਂ ਨੇ ਤੇ ਜੇ ਉਹ ਸਾਰੀਆਂ ਦੇ ਗੁੱਸੇ ਕਰਨ ਲੱਗ ਪਵੇ ਉਹਨੇ ਸ਼ੱਕਰਗੜ੍ਹ ਕਾਲੀ ਜਾਣਾ। ਕਦੀ ਦੱਸਿਆ ਤੇ ਨੀ ਤੁਹਾਨੂੰ ਅੱਜ ਆਉਣਾ ਜੇ? ਪੱਕੇ ਟਾਈਮ ਨੇ, ਪੱਕੇ ਟਾਈਮ ਨੇ ਕਿ ਨਹੀਂ ਟਾਈਮ? ਹਾਂਜੀ ਗੱਲ ਪੁੱਤਰ, ਐਵੇਂ ਮੇਰੇ ਦੇਹ ਦੇ ਗੱਲਾਂ ਕਰੀਆਂ, ਕਦੀ ਕੋਈ ਕਰਦਾ ਕਦੀ ਕੋਈ ਕਰਦਾ, ਇਹ ਪੱਕੇ ਟਾਈਮ ਹੈ ਜੁਮਾ ਦਾ ਸਵਾਰ ਠੀਕ ਹੋ ਗਿਆ ਨਾ? ਗੱਡੀ ਰਕਸ਼ਾ ਲੋਕਾਂ ਜਦੋਂ ਮਰਜ਼ੀ ਲਾ ਲਓ ਗੱਡੀ ਦੇ ਨਾਲ, ਜਦੋਂ ਮਰਜ਼ੀ ਚੜ ਲਓ, ਸਵਾਰੀਆਂ ਬਹਿ ਗਈਆਂ, ਚੱਲ ਲਓ ਚਵਿੰਡੇ, ਚੱਲ ਲਓ ਭਾਗੋਵਾਲ, ਚੱਲ ਲਓ ਇੱਧਰ, ਇਹ ਲੋਕਲ ਗੱਡੀਆਂ ਨਹੀਂ ਹੈ, ਇਹ ਇੱਧਰ ਆਓ, ਇੱਥੇ ਆ। ਮਾਸ਼ਾਅੱਲਾ ਜੀ, ਇਹ ਲੋਕਲ ਨਹੀਂ, ਇਹ ਪੱਕੇ ਟਾਈਮ ਦੀਆਂ ਗੱਡੀਆਂ ਨੇ। ਜਦੋਂ ਦੀ ਵੀਡੀਓ ਬਣਾਉਣ ਲੱਗੇ ਹੋ, ਕਦੀ ਇਹ ਨਹੀਂ ਜੇ ਪੁੱਛਿਆ ਆਈਏ ਕਿ ਨਾ ਆਈਏ? ਤੁਹਾਨੂੰ ਮੈਂ ਕਿਹਾ ਕਿ ਪਹਿਲਾਂ ਪੁੱਛਣ ਤੋਂ ਬਗੈਰ ਆਉਣਾ। ਪੂਰੀ ਹੁਸਨ ਕੁਆਲਿਟੀ ਵਾਲੀ ਚੀਜ਼ ਨੰਬਰ 12 ਚੈੱਕ ਕਰਵਾਈਏ, ਪਿੱਛੇ ਦੇ ਰੈਡ ਫ੍ਰੀਜ਼ੀਅਨ ਬੱਚੀ ਮਾਸ਼ਾਅੱਲਾ ਜੀ। ਆਪਣੀ ਨਸਲ ਕੀ ਜੀ? ਪੂਰੀ ਹੁਸਨ ਵਾਲੀ ਚੀਜ਼ ਕਾਨੇ ਮੇ ਛੋਟੇ ਛੋਟੇ ਨੇ ਮਾਸ਼ਾਅੱਲਾ ਜੀ, ਬੋਧੀ ਦੋਸਤਾਂ ਵੇਖਣੀ ਇੱਧਰ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ, ਵਖਾਣ ਲੱਗੇ ਕੀ ਵਖਾਣ ਜੀ ਇੱਧਰ ਅਫਰਾ ਸਾਹਿਬ ਮਾਸ਼ਾਅੱਲਾ, ਛੱਡ ਦੇ ਅਜੇ ਮੈਂ ਫੌਜੀ ਦਾਲ ਪੀ ਦੇ ਦਾ ਅਸਰ ਹੈ ਅਜੇ ਤੱਕ, ਹਲੋ ਲੱਤਾਂ ਪੇ ਚੁੱਕ ਵਖਾਉਂਦਾ ਮੈਨੂੰ ਚੁੱਕਣ ਡਿਆ ਜਾਣ ਫਿੱਟ ਮਾਸ਼ਾਅੱਲਾ ਜੀ।
ਲੈ ਚਲੋ ਜੀ ਜ਼ਰਾ ਇਹ ਜੀ ਤੁਹਾਨੂੰ ਦੋਸਤਾਂ ਵੇਖ ਲੈਣੇ ਨੇ। ਆਓ ਜੀ ਬਿਲਾਲ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 12 ਦਾ? ਬਿਲਾਲ ਸਾਹਿਬ ਵੈਟ ਤੇ 8 ਲੱਖ ਰੁਪਏ ਦੀ। ਅੱਛਾ ਓਏ ਇੱਥੇ 8 ਕੋ ਨਹੀਂ ਹੈ ਡੇਰੇ ਤੇ, ਇਹਦਾ ਸਿਰਫ ਰੇਟ ਹੋਏਗਾ 4,65,000 ਰੁਪਏ। 4,65,000 ਮਾਸ਼ਾਅੱਲਾ ਜੀ ਪਿੱਛੇ ਵੀ ਤੋਹਫਾ ਜੀ ਛੋਟਿਆ ਛੋਟਿਆ ਭਾਂਡਿਆ ਸਾਰੇ ਚੋ ਜਾਂ ਐਡੀ ਬਾਜ ਜਿੰਦਰੀ ਧਾਰਾ ਵਜੀਆਂ ਨਵੇਂ ਨਵੇਂ ਕੰਮ ਨਵੇਂ ਨਵੇਂ ਕੰਮ ਮਸੀਦ ਕੋ ਦੋਸਤਾਂ ਵਾਸਤੇ ਪੈਗਾਮ ਆਜੋ ਉੱਥੇ ਉਹ ਮੇਰੇ ਦੋਸਤਾਂ ਨੂੰ ਉੱਥੇ ਆ ਗਏ ਉਹ ਪੁੱਤਰਾਂ ਦੀ ਮਹੀਂ ਲੱਗ ਪਈ ਸੂਟ ਨੂੰ ਸੁਹਾਗ ਨੂੰ ਦੇ ਠੀਕ ਹੈ ਸਾਹਿਬ ਅਸੀਂ ਫਿੱਟਾਂ ਹੁਣ ਤੁਸੀਂ ਮੇਰਾ ਮਜ਼ਾਕ ਨਾ ਕਰਿਆ ਕਰੋ ਮੈਂ ਤੁਹਾਡੇ ਨਾਲ ਹੀ ਕਰਦਾ ਤੇ ਤੁਸੀਂ ਨਾ ਕਰਿਆ ਇਹ ਤਾਂ ਮਾਮੂਲੀ ਜਿਹਾ ਟੱਚ ਕਿਤੇ ਦਿੰਦੇ ਅਸੀਂ ਕਿੱਥੋਂ ਕਰਨੇ ਆ ਭਾਜੀ ਤੁਸੀਂ ਮੱਝ ਲੈਣ ਆਇਓ ਕਹਾਂ ਮੱਝ ਲੈਣਾ ਤੇ ਨਾਲ ਹੋ ਫਿਰ ਉਹਨਾਂ ਨੂੰ ਦੇਖੀ ਤੁਹਾਨੂੰ ਕਿੰਨੇ ਨਾਲ ਹੋ ਚੱਲੋ ਚੱਲੋ ਬਹੁ 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 ਆ ਜਾ ਭਾਜੀ ਆ ਜਾ ਹਮਦ ਵੀ ਆਇਆ ਜੀ ਮੇਰੇ ਸੋਹਣੇ ਮਾਲ ਦੇ ਕਰਨ ਨਾਲ ਫਰਾਜ਼ ਸਾਹਿਬ ਕਿੰਨੇ ਮਿੰਟਾਂ ਦੀ ਹੋ ਗਈ ਹੈ ਅੱਧੇ ਘੰਟੇ ਦੇ ਪਿੱਛੇ ਮੇਰੇ ਸੋਹਣੇ ਮਾਲ ਦੇ ਕਰਨਾ ਫਰਾਜ਼ ਸਾਹਿਬ ਵੈੜੀਆਂ ਦੀ ਚਾਸ ਆਏਗੀ ਮੇਰੇ ਭਰਾ ਮੈਨੂੰ ਕਹਿਣ ਮੱਝਾਂ ਮੱਝਾਂ ਲਾ ਦਿਆਂਗਾ ਮੈਨੂੰ ਕਹਿਣ ਗਾਵਾਂ ਗਾਵਾਂ ਲਿਆ ਦਿਆਂਗਾ ਤੇ ਸੋਹਣੇ ਮਾਲ ਦੇ ਕਰਨ ਨਾਲ ਰੇਟਾਂ ਦੀ ਚਾਸ ਮੇਰੇ ਭਰਾਵਾਂ ਨੂੰ ਖੁਦ ਹੀ ਕਹਿਣਗੇ ਚੱਸ ਆਈਏ 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 ਕੋਈ ਤੁਹਾਨੂੰ ਕੋਈ ਪੈਗਾਮ ਦੇਣਾ ਤੇ ਦੇ ਲਓ ਮੱਝ ਤੁਹਾਨੂੰ ਮੈਂ ਵਾਅਦਾ ਕੀਤਾ ਵੀਡੀਓ ਵਿੱਚ ਉਹ ਦੋ ਮੱਝਾਂ ਹੈ ਨੀ ਦੋ ਘਰ ਦੀਆਂ ਨੇ ਇੱਕ ਤੁਹਾਨੂੰ ਦੇ ਹੜਾਂਗਾ ਤੇ ਇੱਕ ਆਪਣੇ ਘਰ ਰੱਖ ਲਾਂਗਾ ਮੈਂ ਵੀ ਨਾ ਅਗਲੇ ਤੱਕ ਮੱਝ ਇੱਕ ਨਾ ਰੱਖਣਾ ਵਾ ਇੱਕ ਤੇ ਠੀਕ ਹੋ ਗਿਆ ਫਰਾਜ਼ ਸਾਹਿਬ ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ਼ ਗੱਲ ਹੋਈ ਹੋਏ ਤੇ ਮੈਂ ਉਹਦੀ ਮਦਦ ਕਰਾਂਗਾ ਪਾਕਿਸਤਾਨ ਆਰਮੀ ਤਿੰਨ ਦਿਨ ਹੋ ਗਿਆ ਤੁਸੀਂ ਵੀਡੀਓ ਬਣਾਈ ਸੀ ਮੱਝਾਂ ਹੀ ਮੱਝਾਂ ਹਣਾ ਯਕੀਨ ਕਰੋ ਕਿ ਉਹ ਘਰ ਆ ਗਈਆਂ ਦੋ ਮੱਝਾਂ ਰਹਿ ਗਈਆਂ ਹੁਣ ਗਾਈਆਂ ਹੀ ਗਾਈਆਂ ਮੈਂ ਤਕੱਬਰ ਚ ਨੀ ਗੱਲ ਨਾ ਆ ਜਾਵੇ ਕਿਤੇ ਤੇ ਅਗਲੀ ਵਾਰੀ ਆਖੋ ਕਿਤੇ ਮੱਝਾਂ ਹੀ ਮੱਝਾਂ ਕਰ ਦਿਆਂਗੇ ਰੰਗ ਬਰੰਗੇ ਰੰਗ ਭਰ ਦਿਆਂਗੇ ਰੰਗ ਭਰ ਦਿਆਂਗੇ ਰੰਗ ਮੇਰਾ ਰੰਗ ਭਰ ਦਿਆਂਗੇ ਮੇਰੀ ਪੋਤਰੀ ਵੀ ਆਉਂਦੀ ਹੈ ਕਿ ਦਾਦਾ ਅੱਜ ਪਸੀਨੋ ਪਸੀਨ ਹੋਏ ਆਵੇ ਤੇ ਦਾਦੇ ਨੂੰ ਸਿਆਹ ਚ ਵੀ ਪਸੀਨਾ ਆ ਗਿਆ ਵਿਹਲੀ ਹੈ ਬਈ ਮਿਹਰਬਾਨੀ ਤੇ ਸ਼ੁਕਰੀਆ ਜੀ ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ਼ ਗੱਲ ਨਹੀਂ ਮੰਮਾ ਦੇ ਸਲਾਮ ਵਾਲਿਆ ਕੋਈ ਮਿਹਰਬਾਨੀ